ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਜਤਿੰਦਰ ਸਿੰਘ ਰੰਧਾਵਾ ਅੱਜ ਸਾਡੇ ਸਟੂਡੀਓ ਪੰਜਾਬ ਮੇਲ ਵਿੱਚ ਇੱਕ ਅਜਿਹੀ ਸ਼ਖਸੀਅਤ ਆਈ ਹੈ ਜਿਨ੍ਹਾਂ ਨੇ ਕਿ ਇੰਸ਼ੋਰੈਂਸ ਦੀ ਦੁਨੀਆ ਵਿੱਚ ਬੜਾ ਨਾਮ ਨਾ ਖੱਟਿਆ ਇਹ ਇੰਸ਼ੋਰੈਂਸ ਦੇ ਬ੍ਰੋਕਰ ਅਬਾਮਾ ਕੇਅਰ ਜਿਹੜੀ ਖਾਸ ਕਰਕੇ ਉਹਦੇ ਬਹੁਤ ਇਹਨਾਂ ਦਾ ਤਜਰਬਾ ਅਤੇ ਅਸੀਂ ਬਹੁਤ ਸਾਰੇ ਸਵਾਲ ਅਜਿਹੇ ਪੁੱਛਾਂਗੇ ਜਿਹੜੇ ਅਬਾਮਾ ਕੇਅਰ ਨਾਲ ਸੰਬੰਧਿਤ ਜਾਂ ਮੈਡੀਕੇਅਰ ਜਾਂ ਮੈਡੀਕਲ ਦਾ ਕੀ ਤਰੀਕਾ ਹੁੰਦਾ ਇੱਥੇ ਕਰਾਉਣ ਦਾ ਕਿਹਨੂੰ ਉਹ ਮਿਲ ਸਕਦਾ ਅਤੇ ਅਸੀਂ ਸਭ ਤੋਂ ਪਹਿਲਾਂ ਤਾਂ ਇੰਦਰਜੀਤ ਮਾਨ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ ਤੁਹਾਡੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਆ ਜੀ ਅਬਾਮਾ ਕੇਅਰ ਕੀ ਹੈ ਓਬਾਮਾ ਕੇਅਰ ਤੁਹਾਨੂੰ ਜਿੱਦਾਂ ਚੇਤਾ ਹੋਵੇ ਜਦ ਪ੍ਰੈਜੀਡੈਂਟ ਓਬਾਮਾ ਆਏ ਸੀਗੇ ਜੀ ਉਹਨਾਂ ਨੇ ਉਪਰਾਲਾ ਕੀਤਾ ਅੱਜ ਤੋਂ 7 ਸਾਲ ਹੋ ਗਏ ਆ ਓਬਾਮਾ ਕੇਅਰ ਸ਼ੁਰੂ ਹੋਈ ਨੂੰ ਆਹ ਇੰਸਟਾ ਦੇ ਕੀ ਆਪਾਂ ਦੇਖੀਏ ਕਿ US ਇੰਨਾ ਡਿਵੈਲਪਡ ਕੰਟਰੀ ਸੀਗਾ ਆਪਾਂ ਬਾਕੀ ਕੰਟਰੀਆਂ ਨੂੰ ਦੇਖੀਏ ਯੂਰੋਪ ਹੋ ਗਿਆ ਕੈਨੇਡਾ ਆਸਟ੍ਰੇਲੀਆ ਸਾਰੀ ਜਗ੍ਹਾ 'ਚ ਇੱਕ ਉੱਥੇ ਟ੍ਰੈਂਡ ਬਣਿਆ ਹੋਇਆ ਗਵਰਨਮੈਂਟ ਨੇ ਬਣਾਇਆ ਹੋਇਆ ਸਿਸਟਮ ਕਿ ਜਿੱਥੇ ਹੈਲਥ ਇੰਸ਼ੋਰੈਂਸ ਸਾਰਿਆਂ ਨੂੰ ਪ੍ਰੋਵਾਈਡ ਕੀਤੀ ਜਾਂਦੀ US ਇੱਕ ਇੱਦਾਂ ਦੀ ਕੰਟਰੀ ਸੀ ਜਿਹਦੇ ਵਿੱਚ ਨਹੀਂ ਸੀਗਾ ਤਾਂ ਇੱਥੇ ਉਹਨਾਂ ਨੇ ਉਹ ਸ਼ੁਰੂ ਕੀਤਾ ਸੀਗਾ ਕਿ ਜਿਹੜੇ ਹੁਣ ਇੱਥੇ ਇੰਸ਼ੋਰੈਂਸ ਤੁਹਾਨੂੰ ਪਤਾ ਕਿ ਬਹੁਤ ਮਹਿੰਗੀ ਹੈ ਸਾਰੇ ਅਫੋਰਡ ਨਹੀਂ ਕਰ ਸਕਦੇ ਸੀ ਤਾਂ ਇਸ ਲਈ ਗਵਰਨਮੈਂਟ ਸਬਸਿਡਾਈਜ਼ ਪਲਾਨ ਅਵੇਲੇਬਲ ਕਰਾਉਂਦੀ ਹੈ ਸਾਰਿਆਂ ਲਈ ਤੁਹਾਡੀ ਇਨਕਮ ਦੇ ਹਿਸਾਬ ਨਾਲ ਤਾਂ ਜਿਹਨਾਂ ਦੀ ਇਨਕਮ ਆ ਜਿੰਨੀ ਘੱਟ ਇਨਕਮ ਆ ਗਵਰਨਮੈਂਟ ਉਨੀ ਜ਼ਿਆਦਾ ਹੈਲਪ ਕਰਦੀ ਹੈ ਨਾ ਸਿਰਫ ਕਿ ਪ੍ਰੀਮੀਅਮ 'ਚ ਪਰ ਜਿਹੜੀ ਕੋ ਪੇਮੈਂਟਸ ਹੁੰਦੀ ਹੈ ਡਾਕਟਰ ਵਿਜ਼ਿਟਸ ਵਗੈਰਾ ਉਹਦੇ ਵਿੱਚ ਜਿਹਦਾ ਜਿੱਦਾਂ ਇਨਕਮ ਲੈਵਲ ਤੁਹਾਡਾ ਵਧੀ ਜਾਂਦਾ ਹੈ ਉਨੀ ਉਨੀ ਤੁਹਾਡੀ ਜਿਹੜੀ ਆ ਉਹਨਾਂ ਦੀ ਹੈਲਪ ਜਿਹੜੀ ਆ ਉਹ ਘਟੀ ਜਾਂਦੀ ਹੈ ਗਵਰਨਮੈਂਟ ਵੱਲੋਂ ਲੇਕਿਨ ਕਾਫੀ ਹੱਦ ਤੱਕ ਬਹੁਤ ਲੋਕਾਂ ਨੂੰ ਇਹਦਾ ਫਾਇਦਾ ਹੋਇਆ ਓਬਾਮਾ ਕੇਅਰ ਜਿਹੜੀ ਹੈਗੀ ਹੈ ਜੀ ਤੁਸੀਂ ਤਾਂ ਇੱਕ ਬ੍ਰੋਕਰ ਹੋ ਅਤੇ ਤੁਸੀਂ ਕਾਫੀ ਬਿਜ਼ੀ ਹੋ ਤੁਹਾਡੇ ਦਫ਼ਤਰ ਵੀ ਕਈ ਵਾਰੀ ਜਾਈਦਾ ਅਤੇ ਉੱਥੇ ਕਾਫੀ ਭੀੜ ਹੁੰਦੀ ਆ ਜਾਂ ਤੁਹਾਡਾ ਫੋਨ 'ਤੇ ਸਾਰਾ ਕੰਮ ਚੱਲਦਾ ਅਤੇ ਕਈ ਲੋਕ ਆਪਣੇ ਘਰੋਂ ਹੀ ਜਿਹੜੇ ਉਹ ਓਬਾਮਾ ਕੇਅਰ ਦਾ ਫਾਰਮ ਭਰਨ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਘਰੇ ਬੈਠੇ ਕਰ ਲਈਏ ਅਤੇ ਉਹਨਾਂ ਦਾ ਅਤੇ ਤੁਹਾਡਾ ਇੰਸ਼ੋਰੈਂਸ ਕਰਨ ਦਾ ਕੀ ਫਰਕ ਆ ਇੱਦਾਂ ਆ ਰੰਧਾਵਾ ਸਾਹਿਬ ਜੇ ਤੁਸੀਂ ਘਰੋਂ ਭਰ ਰਹੇ ਆ ਤੁਹਾਨੂੰ ਪਤਾ ਹੈ ਕਿ ਕਿੱਦਾਂ ਭਰਨਾ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਜੇ ਤੁਸੀਂ ਕਿਸੇ ਬ੍ਰੋਕਰ ਦੇ ਥਰੂ ਜਾਂਦੇ ਆ ਤੁਸੀਂ ਕੁਛ ਐਕਸਟਰਾ ਨਹੀਂ ਪੇ ਕਰਦੇ ਤੁਸੀਂ ਉਹੀ ਸੇਮ ਇੰਸ਼ੋਰੈਂਸ ਦਾ ਪ੍ਰੀਮੀਅਮ ਪੇ ਕਰਦੇ ਆ ਸਾਡੀ ਸਰਵਿਸਿਸ ਉੱਥੇ ਹੈਲਪਫੁਲ ਹੁੰਦੀਆਂ ਜੇ ਕਿਤੇ ਤੁਸੀਂ ਥੋੜ੍ਹੀ ਜਿਹੀ ਵੀ ਟੈਕਸ ਰਿਲੇਟਡ ਜਾਂ ਕੁਛ ਹੋਰ ਵੀ ਥੋੜ੍ਹੀ ਬਹੁਤੀ ਐਪਲੀਕੇਸ਼ਨ ਭਰਦੇ ਹੋਏ ਗਲਤੀ ਕਰ ਦਿੰਦੇ ਆ ਉਹਦੀ ਜਿਹੜੀ ਤੁਹਾਨੂੰ ਸਬਸਿਡੀ ਮਿਲਣੀ ਹੈ ਉਹ ਜੇ ਉੱਤੇ ਥੱਲੇ ਹੋ ਗਈ ਜਾਂ ਤੁਸੀਂ ਬੈਂਕ 'ਚ ਜਾ ਕੇ ਟੈਕਸ ਫਾਈਲ ਕਰਨਾ ਤਾਂ ਉੱਥੇ ਉਹਦੇ ਕੋਨਸੀਕੁਐਂਸਿਸ ਹੁੰਦੇ ਕਿ ਤੁਹਾਨੂੰ ਸਬਸਿਡੀ ਜੇ ਤੁਸੀਂ ਵਾਧੂ ਲੈ ਲਈ ਜਾਂ ਕੱਟ ਲਈ ਸੀ ਜੀ ਉੱਥੇ ਤੁਹਾਨੂੰ ਦੇਣੀ ਮੋੜਨੀ ਪੈ ਸਕਦੀ ਹੈ ਤਾਂ ਐਜ਼ ਏ ਇੰਸ਼ੋਰੈਂਸ ਬ੍ਰੋਕਰ ਜੇ ਤੁਸੀਂ ਸਾਡੇ ਥਰੂ ਜਾਂਦੇ ਆ ਤੁਹਾਡਾ ਕੋਈ ਪ੍ਰੀਮੀਅਮ 'ਚ ਡਿਫਰੈਂਸ ਨਹੀਂ ਆਉਂਦਾ ਬਲਕਿ ਤੁਹਾਨੂੰ ਇੱਕ ਸਰਵਿਸ ਅਸੀਂ ਪ੍ਰੋਵਾਈਡ ਕਰਦੇ ਹਾਂ ਜੇ ਤੁਹਾਡੀ ਕੋਈ ਹੋਰ ਪ੍ਰੋਬਲਮ ਆ ਜਾਂਦੀ ਆ ਜਿੱਦਾਂ ਹੁਣ ਆਪਾਂ ਕੈਲੀਫੋਰਨੀਆ 'ਚ ਕਰਦੇ ਹਾਂ ਕਵਰਡ ਕੈਲੀਫੋਰਨੀਆ ਦੇ ਨਾਲ ਜਾਂ ਕਿਸੇ ਇੰਸ਼ੋਰੈਂਸ ਕੰਪਨੀ ਦੇ ਨਾਲ ਕੋਈ ਕਲੇਮ 'ਚ ਜਾਂ ਕੁਛ ਹੈ ਤਾਂ ਤੁਸੀਂ ਸਾਡੀ ਸਾਨੂੰ ਆਲਵੇਜ਼ ਕਾਲ ਕਰਕੇ ਥਰੂ ਆਊਟ ਦ ਈਅਰ ਸਾਡੀ ਐਡਵਾਈਸ ਲੈ ਸਕਦੇ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਕਰਨਾ ਹੈ ਕਿੱਦਾਂ ਆਪਾਂ ਉਹਨੂੰ ਹੈਂਡਲ ਕਰੀਏ ਜਿਹੜੀ ਵੀ ਕੋਈ ਸਿਚੁਏਸ਼ਨ ਹੈ ਇਹਦੀ ਕੋਈ ਕਈ ਲੋਕ ਸੋਚਦੇ ਆ ਜੀ ਕਈ ਵਾਰੀ ਅਸੀਂ ਘਰੋਂ ਹੀ ਆਪਣਾ ਅਪਲਾਈ ਕਰ ਦਈਏ ਤੇ ਸਾਨੂੰ ਇੰਸ਼ੋਰੈਂਸ ਮਿਲ ਜੂਗੀ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਲੂਪ ਹੋਲ ਹੁੰਦੇ ਇਹਦੇ 'ਚ ਜਿਹੜੇ ਇੱਕ ਬ੍ਰੋਕਰ ਨੂੰ ਪਤਾ ਹੁੰਦਾ ਵੀ ਜਿਹੜੀ ਘੱਟ ਕਿਸ਼ਤ ਜਿਹੜੀ ਆ ਉਹ ਕਿਵੇਂ ਬਣਨੀ ਆ ਤੇ ਕੀ ਇਹਦੇ ਨਾਲ ਨਾਲ ਇਹ ਵੀ ਦੱਸੋ ਕਿ ਕੋਈ ਫੀਸ ਹੁੰਦੀ ਹੈ ਇਹਦੀ ਕੋਈ ਜੇ ਤੁਹਾਡੇ ਥਰੂ ਕੋਈ ਓਬਾਮਾ ਕੇਅਰ ਜਿਹੜਾ ਕਰਾਉਂਦਾ ਨਹੀਂ ਸਾਡੇ ਥਰੂ ਕਰਾਉਣ ਦੀ ਕੋਈ ਫੀਸ ਨਹੀਂ ਹੈਗੀ ਐਂਡ ਇੱਕ ਗੱਲ ਕਲੀਅਰ ਕਰ ਦਈਏ ਕਿ ਜੇ ਸਾਡੇ ਥਰੂ ਕਰਾਉਂਗੇ ਅਸੀਂ ਕੋਈ ਪ੍ਰੀਮੀਅਮ ਉਹਨਾਂ ਦਾ ਸਸਤਾ ਨਹੀਂ ਕਰ ਦੇਣਾ ਉਹਨਾਂ ਦੀ ਇਨਕਮ ਦੇ ਉੱਤੇ ਡਿਪੈਂਡ ਕਰਦਾ ਜੀ ਜੀ ਜਿੱਦਾਂ ਜਿੱਦਾਂ ਦੀ ਉਹਨੂੰ ਇਨਕਮ ਆ ਜੋ ਉਹਨਾਂ ਨੂੰ ਸਬਸਿਡੀ ਮਿਲਣੀ ਚਾਹੀਦੀ ਹੈ ਉਹਨਾਂ ਦੇ ਉਹਦੇ ਵਿੱਚ ਕੁਛ ਐਕਸਪੈਂਸਿਸ ਨਿਕਲਦੇ ਆ ਕਿੱਦਾਂ ਆ ਹੁਣ ਕਿ ਤੁਸੀਂ 1099 ਇੰਪਲੋਈ ਆ W2 ਇੰਪਲੋਈ ਆ ਸੀ ਉਹ ਸਾਰੇ ਉਹਨਾਂ ਨਾਲ ਗੱਲਬਾਤ ਕਰਕੇ ਉਸ ਹਿਸਾਬ ਨਾਲ ਕਿ ਜਿੰਨਾ ਉਹਨਾਂ ਨੇ ਟੈਕਸ ਫਾਈਲ ਕਰਨਾ ਉਸ ਹਿਸਾਬ ਨਾਲ ਸਹੀ ਐਪਲੀਕੇਸ਼ਨ ਭਰੀਏ ਜੇ ਉਹਨਾਂ ਨੂੰ ਪੂਰੀ ਸਬਸਿਡੀ ਮਿਲੇ ਗਵਰਨਮੈਂਟ ਵੱਲੋਂ ਤਾਂ ਉਹ ਪੂਰਾ ਬੈਨੀਫਿਟ ਲੈ ਸਕਣ ਜੇ ਕੋਈ ਇੰਸ਼ੋਰੈਂਸ ਨਹੀਂ ਕਰਾਉਂਦਾ ਕੋਈ ਇਹੋ ਜਿਹਾ ਰੂਲ ਹੈਗਾ ਵੀ ਉਹਨਾਂ ਨੂੰ ਕੋਈ ਜੁਰਮਾਨਾ ਵੀ ਹੋ ਸਕਦਾ ਫੈਡਰਲ ਲਾਅ 2019 ਦੇ ਵਿੱਚ ਸੀਗਾ ਕਿ ਕੋਈ ਜੁਰਮਾਨਾ ਨਹੀਂ ਸੀਗਾ 20 ਦੇ ਵਿੱਚ ਵੀ ਫੈਡਰਲ ਜੇ ਤੁਸੀਂ ਕਿਸੇ ਹੋਰ ਸਟੇਟ 'ਚ ਰਹਿੰਦੇ ਆ ਕੋਈ ਪੈਨਲਟੀ ਨਹੀਂ ਹੈਗੀ ਲੇਕਿਨ ਕੈਲੀਫੋਰਨੀਆ 'ਚ ਜੇ ਤੁਸੀਂ ਰਹਿੰਦੇ ਆ 2020 ਦੇ ਵਿੱਚ ਤੁਹਾਨੂੰ ਪੈਨਲਟੀ ਦੇਣੀ ਪੈਣੀ ਆ ਆਉਣ ਵਾਲੇ ਸਾਲ ਦੇ ਗਾਂ ਲਈ ਵੀ ਇੱਦਾਂ ਹੀ ਹੈ 2021 ਦੇ ਵਿੱਚ ਜੇ ਤੁਸੀਂ ਇੰਸ਼ੋਰੈਂਸ ਨਹੀਂ ਕਰਾਉਂਦੇ ਤੁਹਾਨੂੰ ਪੈਨਲਟੀ ਲੱਗੇਗੀ ਤਾਂ ਤੁਹਾਡੇ ਕੋਲ ਜਾਂ ਤਾਂ ਇੰਸ਼ੋਰੈਂਸ ਹੋਵੇ ਕੰਮ ਵੱਲੋਂ ਇੰਸ਼ੋਰੈਂਸ ਹੋਵੇ ਜਾਂ ਮੈਡੀਕੇਅਰ ਹੋਵੇ ਜਾਂ ਮੈਡੀਕੈਲ ਹੋਵੇ ਜਾਂ ਤੁਸੀਂ ਓਬਾਮਾ ਕੇਅਰ ਲਈ ਹੋਵੇ ਕਵਰਡ ਕੈਲੀਫੋਰਨੀਆ ਦੇ ਕਈ ਵਾਰੀ ਕਈ ਬੰਦੇ ਜਿਵੇਂ ਆਪਣੇ ਸ਼ੋਅ ਘੱਟ ਕਰਦੇ ਇਨਕਮ ਜ਼ਿਆਦਾ ਹੁੰਦੀ ਆ ਇੰਸ਼ੋਰੈਂਸ ਕਰਾਉਣ ਲੱਗਿਆ ਆਪਣੀ ਇਨਕਮ ਜਿਹੜੀ ਆ ਉਹ ਘੱਟ ਦੱਸਦੇ ਆ ਉਹ ਕੀ ਤੁਹਾਡੇ ਹਿਸਾਬ ਨਾਲ ਉਹ ਠੀਕ ਆ ਕਿ ਜਾਂ ਕਿਤੇ ਬਾਅਦ ਤਾਂ ਨਹੀਂ ਕਦੇ ਟੈਕਸ ਭਰਨ ਲੱਗੇ ਉਹਨਾਂ ਨੂੰ ਪਤਾ ਲੱਗ ਜਾਂਦਾ ਨਹੀਂ ਉਹ ਲੇਖਾ ਜੋਖਾ ਸਾਰਾ ਹੁਣ ਤੁਸੀਂ ਜੋ ਦੱਸਦੇ ਆ ਪਹਿਲੀ ਗੱਲ ਤੋਂ ਇਲੈਕਟ੍ਰੋਨਿਕਲੀ ਵੈਰੀਫਾਈ ਕਰ ਸਕਦੇ ਹੋ ਕਵਰ ਕੈਲੀਫੋਰਨੀਆ ਤੁਹਾਡੇ ਪਾਸਟ ਟੈਕਸ ਰਿਟਰਨਸ ਦੇ ਹਿਸਾਬ ਦੇ ਨਾਲ ਕਿ ਤੁਸੀਂ ਪਹਿਲਾਂ ਕਿੰਨੀ ਭਰਦੇ ਰਹੇ ਆ ਕਿ ਹੁਣ ਅੱਗੇ ਤੁਸੀਂ ਸਹੀ ਦੱਸ ਰਹੇ ਆ ਨਹੀਂ ਉਹ ਵਿੱਚ ਚਲੇ ਪ੍ਰੂਫ ਵੀ ਮੰਗਦੇ ਆ ਜੇ ਤੁਹਾਡੀ ਇਨਕਮ ਮੈਚ ਨਹੀਂ ਕਰਦੀ ਐਂਡ ਜੇ ਕਿਸੇ ਕਾਰਨ
ਕਿਤੇ ਲੂਪਹੋਲ ਕਰਨ ਉਹ ਤੁਹਾਡਾ ਪਲਾਨ ਚੱਲੀ ਜਾਂਦਾ ਜਾਂ ਤੁਸੀਂ ਐਂਡ 'ਚ ਜਾ ਕੇ ਟੈਕਸ ਫਾਈਲ ਕਰਨੇ ਅਗਲੇ ਸਾਲ ਤਾਂ ਉੱਥੇ ਜਾ ਕੇ ਉਹਦਾ ਪੂਰਾ ਹਿਸਾਬ ਕਿਤਾਬ ਹੋ ਜਾਂਦਾ ਜਿੱਦਾਂ ਹੁੰਦਾ ਆਪਾਂ ਨੂੰ ਪਤਾ ਕਿ ਹੁਣ ਜਿੱਦਾਂ ਆਪਾਂ ਨੂੰ W-2 ਚਾਹੀਦਾ ਹੁੰਦਾ 1099 ਚਾਹੀਦਾ ਟੈਕਸ ਭਰਨ ਲਈ ਹੁਣ ਅੱਜ ਕੱਲ੍ਹ ਆਪਾਂ ਨੂੰ 1095A ਫਾਰਮ ਜਾਂ B ਫਾਰਮ ਉਹ ਵੀ ਚਾਹੀਦਾ ਹੁੰਦਾ ਜੀ ਜੀ ਤਾਂ ਉਹਦੇ ਉੱਤੋਂ ਤੁਹਾਡੇ ਟੈਕਸ IRS ਨੂੰ ਸਾਰਾ ਡਿਟੇਲ ਪਤਾ ਲੱਗ ਜਾਂਦੀ ਹੈ ਕਿ ਤੁਸੀਂ ਕਿੰਨਾ ਪ੍ਰੀਮੀਅਮ ਦੇ ਰਹੇ ਸੀ ਕਿੰਨੀ ਤੁਹਾਡੀ ਇੰਸ਼ੋਰੈਂਸ ਸੀਗੀ ਇਨਕਮ ਦੇ ਹਿਸਾਬ ਨਾਲ ਤੁਸੀਂ ਕੱਟ ਪੇ ਕੀਤਾ ਤਾਂ ਉੱਥੇ ਤੁਹਾਨੂੰ ਐਂਡ 'ਚ ਦੇਣੇ ਪੈਣੇ ਤੁਹਾਡੇ ਜਿਹੜੇ ਆਫਿਸ ਆ ਮੇਰੇ ਖਿਆਲ ਇੱਕ ਯੂਬਾ ਸਿਟੀ ਵੀ ਆ ਇੱਕ ਸੈਕਰਾਮੈਂਟੋ ਵੀ ਆ ਜੇ ਫੋਨ ਕਿਸੇ ਨੇ ਕਰਨਾ ਹੋਵੇ ਤੁਹਾਨੂੰ ਡਾਇਰੈਕਟ ਅਤੇ ਉਹਦਾ ਕੀ ਪ੍ਰੋਸੀਜਰ ਕਿਹੜੇ ਫੋਨ 'ਤੇ ਤੁਹਾਡੇ ਨਾਲ ਕੰਟੈਕਟ ਕਰਨਾ ਉਹ ਜਦੋਂ ਆਪਾਂ ਹੁਣ ਪ੍ਰੋਗਰਾਮ 'ਚ ਮੈਨਸ਼ਨ ਵੀ ਕਰ ਦੇਵਾਂਗੇ ਮੇਰਾ ਉਹਦਾ ਸਿੱਧਾ ਫੋਨ ਹੈਗਾ 900 16 900 2000 9169002000 ਹਾਂਜੀ ਬੜਾ ਵਧੀਆ ਨੰਬਰ ਹੈ ਜੀ BMP ਨੰਬਰ ਹੈ ਤੁਹਾਡਾ ਅਤੇ ਕਿਉਂਕਿ ਸਾਡੇ ਮੈਂ ਖੁਦ ਦੇਖਿਆ ਤੁਹਾਡੀ ਜਿਹੜੀ ਸਰਵਿਸ ਆ ਉਹ ਬਹੁਤ ਵਧੀਆ ਇਹ ਨਹੀਂ ਹੈਗਾ ਵੀ ਤੁਸੀਂ ਜਦੋਂ ਤੁਹਾਨੂੰ ਕੋਈ ਕਾਲ ਕਰਦਾ ਕੋਈ ਕਲਾਇੰਟ ਅਤੇ ਤੁਸੀਂ ਉਹਨੂੰ ਰਿਪਲਾਈ ਨਹੀਂ ਕਰਦੇ ਹਰ ਕਲਾਇੰਟ ਨੂੰ ਤੁਸੀਂ ਬੜੇ ਵਧੀਆ ਤਰੀਕੇ ਨਾਲ ਹੈਂਡਲ ਕਰਦੇ ਹੋ ਕਿਉਂਕਿ ਸਾਡਾ ਆਪਣਾ ਐਕਸਪੀਰੀਅੰਸ ਆ ਤੁਹਾਡੇ ਨਾਲ ਕਾਫੀ ਲੰਬੇ ਸਮੇਂ ਤੋਂ ਅਸੀਂ ਜਿਹੜੀ ਇੰਸ਼ੋਰੈਂਸ ਆ ਉਹ ਰੱਖੀ ਹੋਈ ਆ ਅਤੇ ਅਸੀਂ ਤਾਂ ਸ਼ੋਰਟ ਹੀ ਦਿੰਦੇ ਹਾਂ ਕਿ ਤੁਹਾਡੀ ਸਰਵਿਸ ਵਧੀਆ ਅਤੇ ਬੜੀ ਖੁਸ਼ੀ ਦੀ ਗੱਲ ਆ ਕਿ ਤੁਸੀਂ ਇੱਕ ਅੱਜ ਦੀ ਡੇਟ 'ਚ ਇੱਕ ਮੰਨੇ ਪ੍ਰਮੰਨੇ ਜਿਹੜੇ ਬ੍ਰੋਕਰ ਆ ਉਹ ਹੈਗੇ ਹੋ ਕਾਫੀ ਬਿਜ਼ੀ ਵੀ ਹੋ ਤੁਹਾਡਾ ਬਹੁਤ ਵੱਡਾ ਸਟਾਫ ਆ ਜਿਹੜਾ ਤੁਹਾਨੂੰ ਇੰਸ਼ੋਰੈਂਸ 'ਚ ਤੁਹਾਡੀ ਨਾਲ ਹੈਲਪ ਕਰਦਾ ਤੁਹਾਡੇ ਆਫਿਸ 'ਚ ਅਤੇ ਹੋਰ ਕੋਈ ਗੱਲ ਖਾਸ ਰਹਿ ਗਈ ਹੋਵੇ ਕੋਈ ਬਾਬਾ ਇੰਸ਼ੋਰੈਂਸ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੇ ਕੋਲ ਨਹੀਂ ਥੈਂਕ ਯੂ ਰੰਧਾਵਾ ਸਾਹਿਬ ਫੋਰ ਕਾਈਂਡ ਵਰਡਸ ਬਸ ਆਹੀ ਕਹਿਣਾ ਚਾਹਾਂਗੇ ਜੀ ਹਰ ਕਿਸੇ ਕੋਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਸਾਡੇ ਕੋਲ ਕਰਾਓ ਕਿਸੇ ਹੋਰ ਏਜੰਟ ਕੋਲ ਕਰਾਓ ਮਤਲਬ ਹਰ ਕਿਸੇ ਕੋਲ ਇੱਥੇ ਜਿੱਦਾਂ US 'ਚ ਤੁਹਾਨੂੰ ਪਤਾ ਹੈ ਕਿ ਜੇ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਇੰਸ਼ੋਰੈਂਸ ਹਰ ਕਿਸੇ ਕੋਲ ਹੋਣੀ ਲਾਜ਼ਮੀ ਹੈਗੀ ਆ ਐਂਡ ਅਦਰਵਾਈਜ਼ ਮੈਡੀਕਲ ਬਹੁਤ ਮਹਿੰਗਾ ਹੈ ਐਂਡ ਓਬਾਮਾ ਕੇਅਰ ਤੋਂ ਪਹਿਲਾਂ ਇੱਦਾਂ ਹੁੰਦਾ ਸੀ ਜਿਹੜੀ 70% ਆਲਮੋਸਟ ਬੈਂਕਰਪਸੀਆਂ ਹੁੰਦੀਆਂ ਸੀ ਉਹ ਹੈਲਥ ਬਿਲਸ ਕਰਕੇ ਹੁੰਦੀਆਂ ਸੀ ਤਾਂ ਹੁਣ ਕਾਫੀ ਲੋਕਾਂ ਨੂੰ ਸਹੂਲਤ ਮਿਲੀ ਹੈ ਇਹਦੇ ਕਰਕੇ ਐਂਡ ਕਾਫੀ ਸਾਡੇ ਕਲਾਇੰਟਸ ਆ ਜਿਹਨਾਂ ਦੇ 2-2.5 ਲੱਖ ਦੇ ਪਹਿਲਾਂ ਆਏ ਆ ਤਾਂ ਉਹਨਾਂ ਨੇ ਲੇਕਿਨ ਇੰਸ਼ੋਰੈਂਸ ਨੇ ਸਾਰੇ ਕਵਰ ਕੀਤੇ ਆ ਤਾਂ ਆਹ ਮੈਂਡੇਟੋਰੀ ਹੈਗੀ ਆ ਸਾਰਿਆਂ ਕੋਲ ਹੋਣੀ ਚਾਹੀਦੀ ਆ ਕਿਸੇ ਤਰ੍ਹਾਂ ਦੀ ਵੀ ਹੈਲਪ ਚਾਹੀਦੀ ਆ ਨਵੀਂ ਐਪਲੀਕੇਸ਼ਨ ਕਰਨੀ ਆ ਰਿਨਿਊਅਲ ਜਾਂ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤਾਂ ਸਰੋ ਕੇ ਸਾਨੂੰ ਫੋਨ ਕਰ ਸਕਦੇ ਹੁਣ ਜਿਹੜੀ ਕਿਉਂਕਿ ਰਿਨਿਊਅਲ ਦਾ ਟਾਈਮ ਹੋ ਗਿਆ ਮੇਰੇ ਖਿਆਲ ਆਲਰੇਡੀ ਸ਼ੁਰੂ ਹੋ ਗਿਆ ਹਾਂਜੀ ਕਿਹੜੀ ਤਰੀਕ ਤੋਂ ਲੈ ਕੇ ਕਿਹੜੀ ਤਰੀਕ ਤੱਕ ਜਿਹੜੀ ਇੰਸ਼ੋਰੈਂਸ ਆ ਉਹ ਕਰਾਉਣੀ ਪੈਂਦੀ ਆ ਪਿਛਲੇ ਸਾਲ ਜਿਹੜੀ ਇਸ ਸਾਲ ਦੀ ਆਪਾਂ ਗੱਲ ਕਰੀਏ ਤਾਂ ਹੁਣ ਉਹਦਾ ਜਿਹੜਾ ਟ੍ਰੈਡੀਸ਼ਨਲ ਉਹਨਾਂ ਦਾ ਹੈਗਾ 1 ਅਕਤੂਬਰ ਤੋਂ ਲੈ ਕੇ 31 ਜਨਵਰੀ ਤੱਕ ਤੁਸੀਂ ਰਿਨਿਊ ਕਰਾ ਸਕਦੇ ਅੱਛਾ ਕੋਈ ਕੰਮ ਆਪਣੇ ਕੰਮ ਚ ਉਹਨੂੰ ਇੰਸ਼ੋਰੈਂਸ ਮਿਲਦੀ ਹੈ ਗਵਰਨਮੈਂਟ ਆਪਣੇ ਕੋਲੋਂ ਇੰਸ਼ੋਰੈਂਸ ਦਾ ਪ੍ਰੀਮੀਅਮ ਪੇ ਕਰ ਰਹੀ ਹੈ ਜਿਹੜੀ ਸਬਸਿਡੀ ਹੁੰਦੀ ਹੈ ਤਾਂ ਜੇ ਤੁਸੀਂ ਦੇਖੋ ਕਿਸੇ ਦਾ $1000 ਪ੍ਰੀਮੀਅਮ ਉਹ ਸਿਰਫ $100 ਪੇ ਕਰ ਰਿਹਾ ਤਾਂ $900 ਫੈਡਰਲ ਗਵਰਨਮੈਂਟ ਨੇ ਇੰਸ਼ੋਰੈਂਸ ਕੰਪਨੀ ਨੂੰ ਪੇ ਕੀਤਾ ਤਾਂ ਇਸ ਲਈ ਉਹ ਨਹੀਂ ਮੰਗਦੇ ਕਿ ਜੇ ਤੁਹਾਡੇ ਕੰਮ ਤੋਂ ਇੰਸ਼ੋਰੈਂਸ ਮਿਲ ਰਹੀ ਸੀ ਤੁਸੀਂ ਉਹ ਛੱਡ ਕੇ ਇੱਧਰ ਆ ਕੇ ਗਵਰਨਮੈਂਟ ਤੋਂ ਪੈਸੇ ਦਵਾਓ ਠੀਕ ਹੈ ਤਾਂ ਉਹ ਸਹੀ ਨਹੀਂ ਹੈਗਾ ਤਾਂ ਉਹ ਸੂਨਰ ਔਰ ਲੇਟਰ ਜੇ ਆਈਏ ਹਾਂਜੀ ਉਹ ਤੁਹਾਨੂੰ ਸਬਸਿਡੀ ਵਾਪਸ ਵੀ ਕਰਨੀ ਪੈ ਸਕਦੀ ਜੀ ਜੀ ਤਾਂ ਜੇ ਕੰਮ ਤੋਂ ਮਿਲਦੀ ਹੈ ਤਾਂ ਕੰਮ ਤੋਂ ਲੈਣੀ ਚਾਹੀਦੀ ਹੈ ਜੇ ਤੁਹਾਡੇ ਕੋਲ ਮੈਡੀਕੇਅਰ ਹੈਗਾ ਫਿਰ ਤੁਹਾਨੂੰ ਲੋੜ ਨਹੀਂ ਹੈਗੀ ਮੈਡੀਕੇਅਰ ਹੈਗਾ ਤੁਸੀਂ ਐਲੀਜੀਬਲ ਨਹੀਂ ਹੈਗੇ ਠੀਕ ਓਬਾਮਾ ਕੇਅਰ ਲਈ ਜੇ ਤੁਹਾਡੇ ਕੋਲ ਕੁਛ ਨਹੀਂ ਹੈਗਾ ਫਿਰ ਡੈਫੀਨੇਟਲੀ ਤੁਹਾਨੂੰ ਪ੍ਰੋਗਰਾਮ ਨੂੰ ਜਿਹੜੇ ਕਿ ਲੋ ਇਨਕਮ ਚ ਆਉਂਦੇ ਆ ਜਿਹੜੇ ਕਿ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਮੈਡੀਕੇਅਰ ਮਿਲਦਾ ਉਹਦਾ ਫੈਡਰਲ ਜੇ ਆਪਾਂ ਦੇਖੀਏ ਪੂਰੀ US ਚ ਉਹਨੂੰ ਮੈਡੀਕੇਡ ਕਹਿੰਦੇ ਆ ਕੈਲੀਫੋਰਨੀਆ ਚ ਮੈਡੀਕੇਅਰ ਕਹਿ ਦਿੰਦੇ ਜਿਹੜਾ ਮੈਡੀਕੇਅਰ ਹੈਗਾ ਉਹ ਫੈਡਰਲ ਹੈਲਥ ਇੰਸ਼ੋਰੈਂਸ ਸਿਸਟਮ ਹੈ ਜਿਹੜਾ ਕਿ 65 ਈਅਰਸ ਓਲਡ 65 ਸਾਲ ਤੋਂ ਉੱਤੇ ਜਿਹੜੇ ਹੈਗੇ ਆ ਉਹਨਾਂ ਲਈ ਇੱਕ 1966 ਤੋਂ ਬਣਿਆ ਹੋਇਆ ਮੈਡੀਕੇਅਰ ਦਾ ਸਿਸਟਮ ਸਾਡਾ ਚੱਲ ਰਿਹਾ ਮੈਡੀਕੇਅਰ ਦੇ ਵਿੱਚ ਇੱਦਾਂ ਹੈ ਕਿ ਜੇ ਤੁਸੀਂ US ਸਿਟੀਜ਼ਨ ਹੈਗੇ ਆ ਜਾਂ ਗ੍ਰੀਨ ਕਾਰਡ ਹੋਲਡਰ ਆ ਤੁਸੀਂ 10 ਸਾਲ ਇੱਥੇ ਕੰਮ ਕਰ ਲਿਆ ਤੁਹਾਡੇ 40 ਕੁਆਟਰ ਪੂਰੇ ਹੋ ਗਏ ਆ ਜਾਂ ਤੁਸੀਂ 65 ਦੇ ਹੁੰਦੇ ਆ ਤੁਸੀਂ ਆਟੋਮੈਟਿਕਲੀ ਮੈਡੀਕੇਅਰ ਦੇ ਐਲੀਜੀਬਲ ਹੋ ਜਾਂਦੇ ਲੇਕਿਨ ਹੁਣ ਮੈਡੀਕੇਅਰ ਦੇ ਵਿੱਚ ਇੱਦਾਂ ਹੈ ਕਿ ਐਲੀਜੀਬਲ ਹੋ ਗਏ ਦਾ ਮਤਲਬ ਨਹੀਂ ਕਿ ਕਈ
ਧਾਰਨਾ ਆਇਆ ਕਿ ਅਸੀਂ ਸਾਡੀ 65 ਸਾਲਾਂ ਦੇ ਹੋ ਜਾਣਾ ਜੀ ਸਾਡਾ ਸਾਰਾ ਕੁਝ ਫ੍ਰੀ ਹੋ ਜਾਣਾ ਮੈਡੀਕੇਅਰ ਮਿਲ ਜਾਣਾ ਜੀ ਉਹ ਮੈਡੀਕੇਅਰ ਇਦਾਂ ਵੀ ਨਹੀਂ ਹੈਗਾ ਕਿ ਫ੍ਰੀ ਹੈਗਾ ਉਹ ਚ ਪਾਰਟ ਉਹ ਚ ਕਈ ਪਾਰਟ ਹੁੰਦੇ ਆ ਲਾਈਕ ਪਾਰਟ ਏ ਪਾਰਟ ਬੀ ਸੀ ਤਾਂ ਡੀ ਓਕੇ ਆਪਾਂ ਏ ਤਾਂ ਬੀ ਬਾਰੇ ਡਿਸਕਸ ਕਰਦੇ ਹਾਂ ਪਾਰਟ ਏ ਦੇ ਵਿੱਚ ਇਦਾਂ ਹੈ ਕਿ ਜੇ ਤੁਹਾਡੇ ਕੁਆਟਰ ਪੂਰੇ ਹੋਏ ਹੋਏ ਆ ਐਂਡ ਤੁਸੀਂ ਕੁਆਲੀਫਾਈ ਕਰਦੇ ਹੈਗੇ ਆ ਤੁਹਾਨੂੰ ਮੈਡੀਕੇਅਰ ਮਿਲਣਾ ਹੈ ਤਾਂ ਪਾਰਟ ਏ ਤੁਹਾਨੂੰ ਫ੍ਰੀ ਚ ਮਿਲਣਾ ਉਹਦਾ ਕੋਈ ਚਾਰਜ ਨਹੀਂ ਲੱਗਦਾ ਤੁਸੀਂ ਇੰਟਾਈਟਲਡ ਹੈਗੇ ਪਾਰਟ ਏ ਲਈ ਜਿਹੜਾ ਪਾਰਟ ਪਾਰਟ ਏ ਹੈਗਾ ਉਹ ਹਸਪੀਟਲ ਦਾ ਖਰਚਾ ਜਿੰਨਾ ਵੀ ਹੁੰਦਾ ਉਹ ਕਵਰ ਕਰਦੇ ਆ ਲੇਕਿਨ ਉਹ ਕਵਰ ਕਰਦੇ ਆ 80% ਓਕੇ 20% ਲਈ ਤੁਹਾਡੀ ਕੋਈ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਐਂਡ ਉਹ ਹਸਪੀਟਲ ਦਾ ਜਦ ਆਪਾਂ ਕਹਿੰਦੇ ਪਾਰਟ ਏ ਉਹ ਸਿਰਫ ਹਸਪੀਟਲ ਦੇ ਚਾਰਜਸ ਹੀ ਉਹਨਾਂ ਨੇ ਕਵਰ ਕਰਨੇ ਆ ਹੋਰ ਇਹ ਤੋਂ ਇਲਾਵਾ ਕੁਛ ਨਹੀਂ ਕਵਰ ਕਰਦਾ ਜੀ 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 ਜੇ ਹੁਣ ਤੁਸੀਂ ਡਾਕਟਰ ਦੇ ਜਾਂਦੇ ਆ ਕੋਈ ਲੈਬ ਵਰਕ ਆ ਤੁਹਾਡਾ ਕੋਈ ਟੈਸਟ ਕਰਾਉਣਾ ਆ ਐਂਬੂਲੈਂਸ ਦੀ ਲੋੜ ਆ ਕੀਮੋਥੈਰੇਪੀ ਆ ਯੂ نو ਇਦਾਂ ਦਾ ਕੁਛ ਵੀ ਇਦਾਂ ਦਾ ਕੁਛ ਹੈ ਉਹਦੇ ਲਈ ਤੁਹਾਨੂੰ ਪਾਰਟ ਬੀ ਹੋਣਾ ਤੁਹਾਡੇ ਕੋਲ ਜ਼ਰੂਰੀ ਹੈ ਓਕੇ ਪਾਰਟ ਬੀ ਲਈ ਤੁਹਾਨੂੰ ਜੇ ਤੁਹਾਡੀ ਪੈਨਸ਼ਨ ਲੱਗੀ ਹੋਈ ਆ ਉਹ ਅਬਾਊਟ ਅੱਜ ਦੀ ਰੇਟ ਚ 144.50 ਇਦਾਂ ਕੁਛ ਹੈਗਾ $144.50 ਪਰ ਮੰਥ ਓਕੇ ਉਹ ਤੁਹਾਡੀ ਪੈਨਸ਼ਨ ਦੇ ਵਿੱਚੋਂ ਕੱਟ ਲੈਂਦੇ ਆ ਜੇ ਤੁਸੀਂ ਪੈਨਸ਼ਨ ਨਹੀਂ ਲਵਾਈ ਤਾਂ ਉਹ ਤੁਹਾਨੂੰ 3 ਮਹੀਨੇ ਬਾਅਦ ਬਿੱਲ ਭੇਜਦੇ ਆ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਤਾਂ ਏ ਐਂਡ ਬੀ ਜਦ ਤੁਸੀਂ ਲੈ ਲੈਂਦੇ ਆ ਉਹਨਾਂ ਨੇ 80% ਹੀ ਕਵਰ ਕਰਨਾ ਹੈਗਾ ਜੇ ਹਸਪੀਟਲ ਜਾਂਦੇ ਆ ਡਾਕਟਰ ਦਾ ਤਾਂ ਉਹਦੇ ਨਾਲ ਤੁਹਾਨੂੰ 20% ਲਈ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਦੇ ਥਰੂ ਇੰਸ਼ੋਰੈਂਸ ਲੈਣੀ ਪੈਂਦੀ ਹੈ ਓਕੇ ਤਾਂ ਉਹਨੂੰ ਸਪਲੀਮੈਂਟ ਇੰਸ਼ੋਰੈਂਸ ਕਹਿ ਦਿੰਦੇ ਓਕੇ ਤਾਂ ਪਾਰਟ ਏ ਐਂਡ ਬੀ ਜਿਹਦਾ ਮੈਂ ਦੱਸਿਆ ਪਾਰਟ ਏ ਲਈ 65 ਇਅਰਸ ਓਲਡ ਹੁੰਦੇ ਆ ਉਹਦੀ ਹੋਰ ਵੀ ਐਲੀਜੀਬਿਲਟੀ ਹੈਗੀ ਹੈ ਕਿ ਜੇ ਕੋਈ ਬੰਦਾ ਡਿਸੇਬਿਲਿਟੀ ਤੇ ਹੈਗਾ 24 ਮਹੀਨਿਆਂ ਤੋਂ 24 ਮੰਥਸ ਸਟੇਜ ਡਿਸੇਬਿਲਿਟੀ ਹੈ ਉਹ ਵੀ ਆਟੋਮੈਟਿਕਲੀ ਮੈਡੀਕਲ ਲਈ ਕੁਆਲੀਫਾਈ ਕਰ ਜਾਂਦਾ ਜੇ ਕਿਸੇ ਨੂੰ ਐਂਡ ਸਟੇਜ ਰੈਨਲ ਡਿਜ਼ੀਜ਼ ਹੈਗਾ ਲਾਈਕ ਜਿੱਦਾਂ ਆਪਾਂ ਕਹਿੰਦੇ ਕਿ ਕਿਡਨੀਆਂ ਫੇਲ ਹੋ ਗਈਆਂ ਤਾਂ ਉਹਨਾਂ ਦਾ ਡਾਇਲਿਸਿਸ ਚੱਲ ਰਿਹਾ ਉਹ ਵੀ ਜੇ 65 ਤੋਂ ਅੰਡਰ ਵੀ ਹੈਗੇ ਉਹਨਾਂ ਨੂੰ ਵੀ ਮੈਡੀਕਲ ਮਿਲ ਜਾਂਦਾ ਅੱਛਾ ਮਿਲ ਜਾਂਦਾ ਹਾਂਜੀ ਉਹਨਾਂ ਨੂੰ ਮਿਲ ਜਾਂਦਾ ਤਾਂ ਪਾਰਟ ਏ ਐਂਡ ਬੀ ਦੇ ਨਾਲ ਨਾਲ ਹੁਣ ਪਾਰਟ ਏ ਤੁਹਾਨੂੰ ਫ੍ਰੀ ਮਿਲਦਾ ਪਾਰਟ ਬੀ ਤੁਸੀਂ ਲੈਣਾ ਆ ਉਹ ਆਪਸ਼ਨਲ ਹੈਗਾ ਕਿਸੇ ਨੇ ਤੁਹਾਨੂੰ ਆ ਨਹੀਂ ਕਹਿਣਾ ਕਿ ਤੁਸੀਂ ਮੈਂਡੇਟੋਰੀ ਆ ਤੁਸੀਂ ਲਾਓ ਜੀ 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 ਲੇਕਿਨ ਗੱਲ ਉਹਦੀ ਇੱਦਾਂ ਹੈ ਕਿ ਜੇ ਪਾਰਟ ਬੀ ਜਾਂ ਤੁਸੀਂ ਕੁਆਲੀਫਾਈ ਕਰਦੇ ਆ ਤੁਸੀਂ ਨਹੀਂ ਲੈਂਦੇ ਲੇਟਰ ਆਨ ਤੁਸੀਂ ਮੰਗਦੇ ਆ ਕਿ ਅਸੀਂ ਇਨਰੋਲ ਕਰੀਏ ਲੈਟਸ ਇੱਕ ਐਗਜ਼ਾਮਪਲ ਲਈਏ ਕਿ ਕੋਈ ਮਾਰਚ ਦੇ ਵਿੱਚ 65 ਦਾ ਹੋਵੇ ਓਕੇ ਉਹਨੂੰ ਪਾਰਟ ਏ ਮਿਲ ਗਿਆ ਉਹਨਾਂ ਨੇ ਕਿਹਾ ਅਸੀਂ ਪਾਰਟ ਬੀ ਲੈਣਾ ਜੀ ਹੁਣ ਅਕਤੂਬਰ 'ਚ ਆ ਕੇ ਉਹ ਕਹਿੰਦੇ ਕਿ ਸਾਨੂੰ ਪਾਰਟ ਬੀ ਦੀ ਲੋੜ ਆ ਹੁਣ ਸਾਡੀ ਸਿਹਤ ਖਰਾਬ ਆ ਤਾਂ ਅਸੀਂ ਪਾਰਟ ਬੀ ਲੈ ਲਈਏ ਪਹਿਲੀ ਗੱਲ ਤਾਂ ਉਹ ਹੁਣ ਐਲੀਜੀਬਲ ਨਹੀਂ ਹੈਗੇ ਇਸ ਟਾਈਮ ਇਨਰੋਲ ਕਰਨ ਲਈ ਉਹਨਾਂ ਨੂੰ ਜਨਰਲ ਇਨਰੋਲਮੈਂਟ ਜਿਹੜੀ ਕਿ 1 ਜਨਵਰੀ ਤੋਂ 31 ਮਾਰਚ ਤੱਕ ਹੁੰਦੀ ਆ ਉਹਦੀ ਵੇਟ ਕਰਨੀ ਪੈਣੀ ਓਕੇ ਉਸ ਲਈ ਉਹ ਹਾਂਜੀ ਨੈਕਸਟ ਈਅਰ ਉਸ ਲਈ ਉਹ ਅਪਲਾਈ ਕਰਨਗੇ ਉਸ ਤੋਂ ਬਾਅਦ ਉਹਨਾਂ ਦੀ ਉਹ ਜਿਹੜੀ ਸਟਾਰਟ ਹੋਣੀ ਆ ਪਾਰਟ ਵੀ ਉਹ ਨੈਕਸਟ ਈਅਰ July 1 ਤੋਂ ਸਟਾਰਟ ਹੋਣਾ ਜੀ ਜੀ ਐਂਡ ਉਹਨਾਂ ਨੂੰ ਜਿੱਥੇ ਉਹਨਾਂ ਨੇ ਇਸ ਸਾਲ ਹੁਣ $135 $144 ਪੇ ਕਰਨੇ ਸੀਗੇ ਪਰ ਮੰਥ ਅਗਲੇ ਸਾਲ ਉਹਨਾਂ ਨੂੰ 1 ਸਾਲ ਦੀ 10% ਪੈਨਲਟੀ ਪੈਣੀ ਓਕੇ ਉਹ ਪੈਨਲਟੀ ਹਮੇਸ਼ਾ ਹੀ ਰਹਿਣੀ ਹੈ ਤਾਂ ਉਹ ਜਦ ਤੇ ਵੀ ਮੈਡੀਕੇਅਰ ਚ ਰਹੋਗੇ ਪਾਰਟ ਬੀ ਦਾ ਉਹ ਦੂਜਿਆਂ ਨਾਲੋਂ 10% ਜ਼ਿਆਦਾ ਪੇ ਕਰੋਗੇ ਤਾਂ ਜਦ ਇਹ ਤਾਂ ਆਈ ਥਿੰਕ ਮੇਕ ਸੈਂਸ ਕਿ ਜਦ ਤੁਸੀਂ ਕੁਆਲੀਫਾਈ ਕਰਦੇ ਆ ਪਾਰਟ ਏ ਤਾਂ ਪਾਰਟ ਬੀ ਚ ਤੁਸੀਂ ਇਨਰੋਲ ਕਰੋ ਜੀ ਪਾਰਟ ਬੀ ਚ ਹੁਣ ਇੱਦਾਂ ਵੀ ਕਈ ਬੰਦਿਆਂ ਦੇ ਜਿੱਦਾਂ ਉਹ ਖੁਦ ਕੰਮ ਕਰ ਰਹੇ ਆ ਜਾਂ ਉਹਨਾਂ ਦੇ ਸਪਾਊਸ ਕੰਮ ਕਰ ਰਹੇ ਆ ਉਹਨਾਂ ਦੀ ਕੰਮ ਵੱਲੋਂ ਇੰਸ਼ੋਰੈਂਸ ਚੱਲ ਰਹੀ ਹੈ ਜੀ ਉਸ ਸਿਨੈਰੀਓ ਦੇ ਵਿੱਚ ਤੁਹਾਨੂੰ ਪਾਰਟ ਬੀ ਚ ਇਨਰੋਲ ਨਹੀਂ ਕਰਨਾ ਚਾਹੀਦਾ ਉਸ ਟਾਈਮ ਤੁਸੀਂ ਪਾਰਟ ਏ ਜ਼ਰੂਰ ਅਪਲਾਈ ਕਰੋ ਜਾਂ ਤੁਸੀਂ 65 ਦੇ ਹੋ ਜਾਂਦੇ ਆ ਕਿਉਂਕਿ ਤੁਹਾਡੀ ਇੰਸ਼ੋਰੈਂਸ ਕੰਮ ਵੱਲੋਂ ਚੱਲ ਰਹੀ ਹੈ ਤੁਹਾਨੂੰ ਪਾਰਟ ਬੀ ਲੈਣ ਦੀ ਲੋੜ ਨਹੀਂ ਜੀ ਲੇਕਿਨ ਜਦ ਵੀ ਤੁਸੀਂ ਕੰਮ ਛੱਡਦੇ ਆ ਉਧਰੋਂ ਇੰਸ਼ੋਰੈਂਸ ਤੁਹਾਡੀ ਕੈਂਸਲ ਹੁੰਦੀ ਹੈ ਤਾਂ ਤੁਸੀਂ ਪਾਰਟ ਬੀ ਫਿਰ ਉਸ ਟਾਈਮ ਤੇ ਅਪਲਾਈ ਇਧਰੋਂ ਕਰ ਸਕਦੇ ਆ ਤੁਹਾਨੂੰ ਫਿਰ ਇਮੀਡੀਏਟਲੀ ਨੈਕਸਟ ਮੰਥ ਤੋਂ ਉਹ ਜਿਹੜਾ ਐਕਟਿਵ ਕਰ ਦਿੰਦੇ ਉਹਦੇ ਲਈ ਵੇਟ ਨਹੀਂ ਕਰਨੀ ਪੈਂਦੀ ਹੁਣ ਆਹ ਤਾਂ ਹੋ ਗਿਆ ਪਾਰਟ ਏ ਐਂਡ ਬੀ ਇਹਦੇ ਨਾਲ ਤੁਹਾਡਾ ਡਾਕਟਰੀ ਜੋ ਖਰਚੇ ਹੈਗੇ ਕੋਈ ਟੈਸਟ ਕਰਾਉਣਾ ਕੋਈ ਹਸਪਿਟਲਾਈਜ਼ੇਸ਼ਨ ਸਾਰਾ ਕੁਝ ਕਵਰ ਹੋ ਗਿਆ ਲੇਕਿਨ ਜਿਹੜੀਆਂ ਆਪਾਂ ਦਵਾਈਆਂ ਲੈਂਦੇ ਆ ਕੋਈ ਵੀ ਮੈਡੀਕੇਸ਼ਨ ਲੈਂਦੇ ਆ ਜੇ ਤਾਂ ਬੰਦਾ ਹਸਪਿਟਲ 'ਚ ਐਡਮਿਟ ਹੈਗਾ ਉਹਨਾਂ ਨੇ ਉੱਥੇ ਗਲੂਕੋਜ਼ ਛੱਡਣਾ ਉਹਨਾਂ ਨੂੰ ਜਾਂ ਉੱਥੇ ਡਾਕਟਰ ਨੇ ਕੋਈ ਦਵਾਈ ਦੇਣੀ ਆ ਵਾਇਲ ਐਡਮਿਟਡ ਉਹ ਸਾਰਾ ਕੁਛ ਤਾਂ ਪਾਰਟ ਏ ਨੇ ਹਸਪਿਟਲ ਦਾ ਕਵਰ ਕਰਨਾ ਪਾਰਟ ਬੀ ਨੇ ਮੈਡੀਕੇਸ਼ਨਸ ਕਵਰ ਕਰ ਲੈਣੀ ਓਕੇ ਲੇਕਿਨ ਜੇ ਹੁਣ ਕੋਈ ਰੈਗੂਲਰ ਤੌਰ ਤੇ ਆਪਾਂ ਜੀ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਆ ਡਾਇਬੀਟੀਜ਼ ਦੀ ਦਵਾਈ ਲੈਂਦੇ ਆ ਉਹਦੇ ਲਈ ਆਪਾਂ ਨੂੰ ਕੀ ਹੈ ਕਿ ਉਹ ਦਵਾਈਆਂ ਪਾਰਟ ਏ ਤਾਂ ਬੀ ਨੇ ਨਹੀਂ ਕਵਰ ਕਰਨੀਆਂ ਓਕੇ ਉਹਦੇ ਲਈ ਆਪਾਂ ਨੂੰ ਪਾਰਟ ਡੀ ਲੈਣਾ ਪੈਂਦਾ ਜਿਹੜਾ ਕਿ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਦਿੰਦੀਆਂ ਜੀ ਜੀ ਤਾਂ ਉਹਦਾ ਕੀ ਹੈ ਕਿ ਤੁਸੀਂ ਤੁਹਾਨੂੰ ਹਰ ਸਾਲ ਆਪਣੀ ਇੱਕ ਵਾਰੀ ਰਿਵਿਊ ਕਰਨੀ ਚਾਹੀਦੀ ਕਿਹੜੀਆਂ ਦਵਾਈਆਂ ਤੁਸੀਂ ਲੈ ਰਹੇ ਆ ਹਰ ਸਾਲ ਇਹਦਾ ਇੱਕ ਇਨਰੋਲਮੈਂਟ ਪੀਰੀਅਡ ਹੁੰਦਾ 15 ਅਕਤੂਬਰ ਤੋਂ 7 ਦਸੰਬਰ ਉਹਦੇ ਵਿੱਚ ਤੁਸੀਂ ਅਗਲੇ ਸਾਲ ਦੇ ਜਿਹੜੇ ਪਲਾਨ ਲੈਣੇ ਆਪਣੀ ਦਵਾਈਆਂ ਰਿਵਿਊ ਕਰਕੇ ਇਸ ਸਾਲ ਦਾ ਸ਼ੁਰੂ ਹੋ ਗਿਆ ਆਲਰੇਡੀ ਇਸ ਸਾਲ ਦਾ ਸ਼ੁਰੂ ਹੋਇਆ ਹੋਇਆ 15 ਅਕਤੂਬਰ ਤੋਂ 7 ਦਸੰਬਰ ਉਹਦੇ ਫਿਕਸ ਡੇਟ ਹੈ ਜੀ ਆ ਬਈ ਓਕੇ ਤਾਂ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਕਿ ਇੱਕ ਦਿਨ ਉਹ ਵਧਾ ਦੋਗੇ ਜਾਂ ਘਟਾ ਦੋਗੇ ਇਹ ਤੁਸੀਂ ਦੱਸਿਓ 65 ਸਾਲ ਦੀ ਹੋਣੀ ਜ਼ਰੂਰੀ 65 ਸਾਲ ਤੁਹਾਡੇ ਕੋਲ ਮੈਡੀਕੇਅਰ ਹੋਣਾ ਚਾਹੀਦਾ ਤਦੀ ਤੁਸੀਂ ਪਾਰਟ ਬੀ ਚ ਅਪਲਾਈ ਕਰ ਸਕਦੇ ਹਾਂਜੀ ਤਾਂ ਪਾਰਟ ਡੀ ਦਾ ਵੀ ਇਦਾਂ ਹੀ ਹੈਗਾ ਜਦ ਤੁਸੀਂ ਐਲੀਜੀਬਲ ਹੁੰਦੇ ਆ ਤਾਂ ਤੁਹਾਨੂੰ ਉਹਦੇ ਲਈ ਅਪਲਾਈ ਕਰ ਲੈਣਾ ਚਾਹੀਦਾ ਜੇ ਤੁਸੀਂ ਨਹੀਂ ਅਪਲਾਈ ਕਰ
ਤੁਹਾਨੂੰ ਅਗਲੇ ਸਾਲ 15 ਅਕਤੂਬਰ ਤੋਂ 7 ਦਸੰਬਰ ਤੱਕ ਵੇਟ ਕਰਨੀ ਪੈਣੀ ਹੈ ਤੁਸੀਂ ਅਗਲੇ ਸਾਲ ਅਪਲਾਈ ਕਰੋਗੇ ਪਲੱਸ ਜਿੰਨੇ ਮਹੀਨੇ ਤੁਸੀਂ ਨਹੀਂ ਲਿੱਤਾ ਉਹਦੀ ਤੁਹਾਨੂੰ ਪੈਨਲਟੀ ਪੈਣੀ ਹੈ ਉਹ ਪੈਨਲਟੀ ਤੁਹਾਡੇ ਨਾਲ ਹਮੇਸ਼ਾ ਹੀ ਰਹਿੰਦੀ ਹੈ ਓਕੇ ਜਾਤੀ ਵੀ ਤੁਸੀਂ ਮੈਡੀਕੇਅਰ ਐਲੀਜੀਬਲ ਹੈ ਫॉर ਲਾਈਫ ਲੌਂਗ ਇਹਦਾ ਮਤਲਬ ਇਹ ਇਨੀਸ਼ੀਅਲ ਸਟੇਜ ਤੇ ਜਿਹੜੀ ਹੈਗੀ ਹੈ ਉਹ ਆਪਣਾ ਇੰਸ਼ੋਰੈਂਸ ਕਰਾਉਣੀ ਚਾਹੀਦੀ ਹੈ ਮੈਡੀਕੇਅਰ ਜਿਹੜੀ ਹਾਂਜੀ ਪਾਰਟ ਏ ਤੁਹਾਨੂੰ ਮਿਲਣਾ ਹੈ ਪਾਰਟ ਬੀ ਤੁਸੀਂ ਪੇ ਕਰਨਾ ਹੈ ਪਾਰਟ ਡੀ ਨਾਲ ਲੈ ਸਕਦੇ ਹੋ ਓਕੇ ਹੁਣ ਆਪਾਂ ਪਾਰਟ ਸੀ ਛੱਡ ਦਿੱਤਾ ਜਿਹਦੇ ਬਾਰੇ ਆਪਾਂ ਡਿਸਕਸ ਕਰ ਰਹੇ ਸੀਗੇ ਜੀ ਜੀ ਹੁਣ ਆ ਤਾਂ ਹੈਗਾ ਕਿ ਪਾਰਟ ਏ ਤੁਹਾਨੂੰ ਮੈਡੀਕੇਅਰ ਗਵਰਨਮੈਂਟ ਨੇ ਦੇਣਾ ਪਾਰਟ ਬੀ ਵੀ ਤੁਸੀਂ ਉਹਨਾਂ ਤੋਂ ਲੈਣਾ ਪਾਰਟ ਡੀ ਜਿਹੜਾ ਹੈਗਾ ਉਹ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਤੋਂ ਲੈਣੇ ਆ ਤਾਂ ਜਿਹੜੀ ਏ ਐਂਡ ਬੀ ਦੀ 20% ਇੰਸ਼ੋਰੈਂਸ ਹੈ ਉਹ ਵੀ ਤੁਸੀਂ ਪ੍ਰਾਈਵੇਟ ਕੰਪਨੀ ਤੋਂ ਲੈਣੇ ਆ ਇੱਕ ਪਾਰਟ ਸੀ ਜਿਹੜਾ ਉਹ ਕੰਬਾਈਨ ਹੋ ਜਾਂਦਾ ਪਾਰਟ ਏ ਪਾਰਟ ਬੀ ਦਾ ਪਾਰਟ ਡੀ ਉਹ ਸਾਰਾ ਕੁਝ ਮਿਲਾ ਕੇ ਤੁਸੀਂ ਇੱਕ ਇੰਸ਼ੋਰੈਂਸ ਕੰਪਨੀ ਦੇ ਥਰੂ ਤੁਸੀਂ ਲੈਣੇ ਆ ਪਲਾਨ ਉਹ ਤੁਹਾਨੂੰ ਨਾ ਸਿਰਫ ਕਿ ਕਵਰ ਕਰਦੀ ਹੈ ਤੁਹਾਡਾ ਹਸਪੀਟਲ ਦਾ ਡਾਕਟਰੀ ਦਾ ਉਹਦੇ ਵਿੱਚ ਹਰ ਕਾਉਂਟੀ ਦਾ ਡਿਪੈਂਡ ਕਰਦਾ ਕਿਹੜੀ ਕਾਉਂਟੀ 'ਚ ਤੁਸੀਂ ਕਹਿੰਦੇ ਉਸ ਕਾਉਂਟੀ 'ਚ ਉਹਨਾਂ ਨੂੰ MAPD ਪਲਾਨਸ ਕਹਿੰਦੇ ਜੀ ਮੈਡੀਕੇਅਰ ਐਡਵਾਂਟੇਜ ਡਰੱਗ ਪਲਾਨ ਪ੍ਰਿਸਕ੍ਰਿਪਸ਼ਨ ਡਰੱਗ ਪਲਾਨ ਠੀਕ ਹੈ ਤਾਂ ਉਹ 'ਚ ਤੁਸੀਂ ਜੇ ਇਨਰੋਲ ਕਰਦੇ ਹੋ ਨਾ ਸਿਰਫ ਉਹ ਤੁਹਾਡਾ ਮੈਡੀਕਲ ਜਿਹੜਾ ਨੈਸੈਸਰੀ ਹੈ ਉਹ ਸਾਰਾ ਕੁਝ ਕਵਰ ਕਰਦੀ ਪਲੱਸ ਤੁਹਾਨੂੰ ਡੈਂਟਲ ਕਈ ਪਲਾਨਸ ਤੇ ਡਿਪੈਂਡ ਕਰਦਾ ਤੁਸੀਂ ਕਿਹੜੇ ਜ਼ਿਪ ਕੋਡ 'ਚ ਹੈਗੇ ਡੈਂਟਲ ਵੀ ਤੁਹਾਡਾ ਕਵਰ ਹੁੰਦਾ ਹੈ ਵਿਜ਼ਨ ਵੀ ਕਵਰ ਹੁੰਦਾ ਹੈ ਹੀਅਰਿੰਗ ਏਡਸ ਕਵਰ ਹੁੰਦਾ ਹੈ ਈਵਨ ਓਵਰ ਦ ਕਾਊਂਟਰ ਜਿਹੜੀ ਮੈਡੀਕੇਸ਼ਨਸ ਆ ਜਿੱਦਾਂ ਤੁਹਾਨੂੰ ਖੰਘਲੇ ਦਵਾਈ ਚਾਹੀਦੀ ਹੈ ਜ਼ੁਕਾਮ ਲਈ ਚਾਹੀਦੀ ਹੈ ਇੱਦਾਂ ਦੀ ਹੈ ਵਾਈਟਾਮਿਨਸ ਚਾਹੀਦੇ ਆ ਉਹ ਸਾਰੇ ਕਵਰ ਕਰਦੇ ਆ ਪਲੱਸ ਤੁਹਾਨੂੰ ਜੇ ਤੁਸੀਂ ਡਾਕਟਰ ਦੇ ਆਫਿਸ 'ਚ ਜਾਣਾ ਆ ਆਉਣਾ ਆ ਟਰਾਂਸਪੋਰਟੇਸ਼ਨ ਦੀ ਲੋੜ ਹੈਗੀ ਹੈ ਉਹ ਕੰਪਨੀਆਂ ਤੁਹਾਨੂੰ ਉਹ ਵੀ ਪ੍ਰੋਵਾਈਡ ਕਰਦੀ ਠੀਕ ਹੈ ਤਾਂ ਡਿਪੈਂਡਿੰਗ ਐਂਡ ਪਾਰਟ ਸੀ ਜਿਹੜਾ ਹੈ ਉਹ ਪੂਰੇ ਕੈਲੀਫੋਰਨੀਆ 'ਚ ਹਰ ਕਾਉਂਟੀ 'ਚ ਨਹੀਂ ਅਵੇਲੇਬਲ ਅੱਛਾ ਅੱਛਾ ਹਾਂਜੀ ਜਿੱਦਾਂ ਹੁਣ ਆਪਾਂ ਸੈਕਰਾਮੈਂਟੋ 'ਚ ਰਹਿੰਦੇ ਹਾਂ ਇੱਥੇ ਦੀ ਗੱਲ ਕਰੀਏ ਸੈਕਰਾਮੈਂਟੋ ਪਲੈਸਰ ਯੋਲੋ ਜਿੱਦਾਂ ਵੁਡਲੈਂਡ ਇਸ ਕਾਉਂਟੀਆਂ 'ਚ ਅਵੇਲੇਬਲ ਹੈ ਜੇ ਆਪਾਂ ਯੂਬਰ ਸਿਟੀ ਜਾਂ ਨਾਰਥ 'ਚ ਅਪ ਟਿਲ ਓਰੇਗਨ ਬਾਰਡਰ ਤੇ ਹੀ ਚਲੇ ਜਾਈਏ ਉੱਥੇ ਪਾਰਟਸ ਹੀ ਅਵੇਲੇਬਲ ਨਹੀਂ ਹੈਗਾ ਉੱਥੇ ਸਿਰਫ ਸਪਲੀਮੈਂਟ ਕਰਾ ਸਕਦੇ ਹਾਂ ਤੁਸੀਂ ਪਾਰਟ ਦੀ ਮੈਡੀਕੇਸ਼ਨ ਜੇ ਪਾਰਟ ਦੀ ਇੰਸ਼ੋਰੈਂਸ ਹੈ ਉਹ ਲੈ ਸਕਦੇ ਹੋ ਲੋ ਇਹ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਹੁਣ ਇਹਦੇ ਨਾਲ ਨਾਲ ਇੱਕ ਮੈਡੀਕਲ ਹੁੰਦਾ ਹਾਂਜੀ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦਰਸ਼ਕਾਂ ਨੂੰ ਅਸੀਂ ਜਿਹੜਾ ਮੈਡੀਕਲ ਦਾ ਆਪਾਂ ਪਹਿਲਾਂ ਚਰਚਾ ਕੀਤੀ ਹੈ ਅੱਛਾ ਮੈਡੀਕਲ ਜਿਹੜਾ ਉਹ ਕਾਉਂਟੀ ਦਾ ਸਿਸਟਮ ਹੈ ਉਹ ਕਾਉਂਟੀ ਵੱਲੋਂ ਹੁੰਦਾ ਹੈ ਉਹ ਤੁਸੀਂ ਨਹੀਂ ਕਰਨੀ ਕਿ ਕੀ ਨਹੀਂ 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 ਐਜ਼ ਅ ਏਜੰਟ ਅਸੀਂ ਇਦਾਂ ਨਹੀਂ ਹੈਗੇ ਅਸੀਂ ਉਦਾਂ ਇੰਸ਼ੋਰੈਂਸ ਕੰਪਨੀਆਂ ਦੇ ਏਜੰਟਸ ਹੈਗੇ ਲੇਕਿਨ ਜੇ ਕਿਸੇ ਨੂੰ ਲੋਡ ਹੈਗੀ ਹੈ ਮੈਡੀਕਲ ਉਸ ਦਾ ਕਾਉਂਟੀ ਤੋਂ ਲੈ ਸਕਦਾ ਉਹ ਕਾਉਂਟੀ ਤੋਂ ਲੈ ਸਕਦਾ ਐਂਡ ਉਹ ਚ ਅਸੀਂ ਹੈਲਪ ਕਰਦੇ ਹਾਂ ਜੀ 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 ਕਰ ਦਿੰਦੇ ਹਾਂ ਹਾਂਜੀ ਹਾਂਜੀ ਤੇ ਸਤਾਰ ਇੰਦਰਜੀਤ ਸਿੰਘ ਜੀ ਮਾਨ ਸਾਹਿਬ ਤੁਸੀਂ ਬਹੁਤ ਹੀ ਵਧੀਆ ਅੱਜ ਕੀਮਤੀ ਗੱਲਾਂ ਜਿਹੜੀਆਂ ਸਾਡੇ ਦਰਸ਼ਕਾਂ ਨੂੰ ਦੱਸੀਆਂ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਉਹ ਤੁਹਾਡਾ ਇਹਨਾਂ ਗੱਲਾਂ ਤੋਂ ਫਾਇਦਾ ਉਠਾਉਣਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਸਾਰੇ ਸੋਤੇ ਵੀ ਸਤਿ ਸ਼੍ਰੀ ਅਕਾਲ